ਮਿਹਨਤਾਂ ਦੇ ਹੱਕ ਜਦੋਂ ਨਾ ਮਿਲਣ ਤਾਂ ਉਦੋਂ ਸੰਘਰਸ਼ ਦੇ ਰਾਹ ਉਲੀਕਣੇ ਹੀ ਪੈਂਦੇ ਆ ਇਸ ਦੀ ਉਦਾਹਰਣੇ ਠੀਕਾ ਮੁਲਾਜ਼ਮ ਜਿਹੜੇ ਲੰਮੇ ਸਮੇਂ ਤੋਂ ਸਰਕਾਰ ਦੇ ਖਿਲਾਫ ਹੁਣ ਆਪਣਾ ਸੰਘਰਸ਼ ਉਲੀਕ ਰਹੇ ਨੇ ਸੂਬਾ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨਾਲ ਵਾਦਾ ਕੀਤਾ ਸੀਗਾ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਤੇ ਸਭ ਤੋਂ ਅਹਿਮ ਮੰਗ ਜਿਹੜੀ ਸੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਕਾਂਗਰਸ ਸਰਕਾਰ ਨੂੰ ਸੱਤਾ ਦੇ ਵਿੱਚ 1.5 ਸਾਲ ਦਾ ਸਮਾਂ ਹੋ ਚੁੱਕਿਆ ਪਰ ਹਾਲੇ ਤੱਕ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਉਹਨਾਂ ਦੀਆਂ ਜਿਹੜੀਆਂ ਉਜਰਤਾਂ ਆ ਉਹ ਵਧਾਈਆਂ ਨਹੀਂ ਗਈਆਂ ਤੇ ਲੰਮਾ ਸਮਾਂ ਬੀਤ ਚੁੱਕਾ ਤੇ ਸੰਘਰਸ਼ ਵੀ ਲਗਾਤਾਰ ਜਾਰੀ ਨੇ ਇੱਕ ਵਾਰ ਫਿਰ ਸਫੇਦ ਕੱਪੜੇ ਪਾ ਕੇ ਅੱਜ ਠੇਕਾ ਮੁਲਾਜ਼ਮਾਂ ਦੇ ਵੱਲੋਂ ਇੱਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਤੋਂ ਬਾਅਦ ਇਹਨਾਂ ਨੂੰ ਭਰੋਸਾ ਵੀ ਮਿਲ ਚੁੱਕਾ ਹੈ ਕਿ ਕੀ ਅਗਲੇ ਦਿ ਭਰੋਸਾ ਦੇ ਦਿੱਤਾ ਗਿਆ ਕੀ ਅੱਜ ਦਾ ਪ੍ਰਦਰਸ਼ਨ ਸੀਗਾ ਕੀ ਇਹਨਾਂ ਦੇ ਵੱਲੋਂ ਰੋਸ ਜਤਾਇਆ ਗਿਆ ਪੁੱਛਦੇ ਆ ਪ੍ਰਧਾਨ ਸਾਹਿਬ ਕਿਦਾਂ ਦੇਖਦੇ ਹੋ ਅੱਜ ਲੰਮਾ ਸਮਾਂ ਬੀਤ ਚੁੱਕਾ ਫੇਰ ਵੀ ਤੁਹਾਨੂੰ ਸੰਘਰਸ਼ ਕਰਨੇ ਪੈ ਰਹੇ ਨੇ ਹੱਲੇ ਵੀ ਠੇਕਾ ਮੁਲਾਜ਼ਮਾਂ ਦੇ ਲਗਾਤਾਰ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਮੰਨ ਨਹੀਂ ਰਹੀ ਭਰੋਸੇ ਹੀ ਦੇ ਰਹੀ ਆ ਅੱਜ ਦਾ ਪ੍ਰੋਟੈਸਟ ਕੀ ਸੀਗਾ ਤੇ ਕੀ ਮੰਗ ਤੇ ਕੀ ਭਰੋਸਾ ਦਿੱਤਾ ਗਿਆ ਅੱਜ ਦਾ ਜਿਹੜਾ ਸਰ ਪ੍ਰੋਟੈਸਟ ਸੀਗਾ ਜੇ ਅਸੀਂ ਇੱਕ ਵੱਡੀ ਨਜ਼ਰ ਨਾਲ ਵੇਖੀਏ ਤੇ ਇਹ ਪ੍ਰੋਟੈਸਟ ਕੱਲੇ ਕੱਚੇ ਮੁਲਾਜ਼ਮਾਂ ਦਾ ਨਹੀਂ ਸੀਗਾ ਇਹ ਪ੍ਰੋਟੈਸਟ ਪੂਰੇ ਪੰਜਾਬ ਦੇ ਲੋਕਾਂ ਲਈ ਸੀਗਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਬਕਾਇਦਾ ਮਨਮੋਹਨ ਸਿੰਘ ਤੇ ਮਨਪ੍ਰੀਤ ਬਾਦਲ ਨੇ ਮਿਲ ਕੇ ਮੈਨੀਫੈਸਟੋ ਬਣਾਇਆ ਸੀਗਾ ਤਾਂ ਲੋਕਾਂ ਨੂੰ ਆਸ ਸੀ ਵੀ ਜੇ ਮਨਮੋਹਨ ਸਿੰਘ ਇਸ ਸ਼ਾਮਲ ਨੇ ਤਾਂ ਸ਼ਾਇਦ ਇਹ ਵਾਅਦਿਆਂ ਦੇ ਪਿੱਛੇ ਕੋਈ ਹਕੀਕਤ ਹੋਊਗੀ ਵਾਅਦੇ ਪੂਰੇ ਹੋਣਗੇ ਅਲੱਗ-ਅਲੱਗ ਤਰੀਕਿਆਂ ਦੇ ਵਾਅਦੇ ਸੀਗੇ ਕੈਪਟਨ ਸਾਹਿਬ ਨੇ ਕਿਹਾ ਸੀਗਾ ਜੀ ਨਵਾਂ ਨਰੋਲ ਪੰਜਾਬ ਬਣੂਗਾ ਨੋ ਨੁਕਤਿਆਂ ਨਾਲ ਲੈ ਕੇ ਇੱਥੇ ਹਾਜ਼ਰ ਹੋਏ ਸੀਗੇ ਜੀ ਤੇ ਮੇਨ ਗੱਲ ਕਹੀ ਸੀ ਜੀ ਮੈਂ ਪਾਣੀ ਕਿਸਾਨੀ ਤੇ ਜਵਾਨੀ ਇਹ ਤਿੰਨੇ ਬਚਾਣ ਦੀ ਲੋੜ ਹੈ ਤਿੰਨੇ ਖਤਮ ਹੋ ਰਹੀਆਂ ਉਹਨਾਂ ਨੂੰ ਬਚਾਵਾਂਗਾ ਪਰ 16 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਪਾਣੀ ਬਚਾਇਆ ਹੋਇਆ ਕਿਸਾਨੀ ਫਾਇ ਲੈ ਰਹੀ ਹੈ ਤੇ ਜਵਾਨੀ ਮਰਨ ਦੇ ਕੰਡੇ ਤੇ ਹੈ ਇਸੇ ਕਾਰਨ ਹੀ ਅਸੀਂ ਜਿਹੜਾ ਲਗਾਤਾਰ ਇਹ ਸੰਘਰਸ਼ ਦਾ ਰੂਪ ਚਾਰੀ ਰੱਖਿਆ ਸਾਡੇ ਜਿੰਨੇ ਵੀ ਪ੍ਰੋਟੈਸਟ ਨੇ ਉਹ ਸਰਕਾਰ ਨੂੰ ਹਰ ਪਾਸੋਂ ਝੰਜੋੜ ਰਹੇ ਨੇ ਪਰ ਬੇਸ਼ਰਮ ਸਰਕਾਰ ਹੈ ਨਹੀਂ ਹਿਲ ਰਹੀ ਨਹੀਂ ਗੱਲਬਾਤ ਦਾ ਇਖਤਿਆਰ ਕਰ ਰਹੀ ਇਸੇ ਕਰਕੇ ਅਸੀਂ ਜਦੋਂ ਸੋਚਿਆ ਵੀ ਜਦੋਂ 16 ਮਹੀਨਿਆਂ ਚ ਮੈਨੀਫੈਸਟੋ ਨੂੰ ਖੋਲਿਆ ਹੀ ਨਹੀਂ ਗਿਆ ਉਹਨੂੰ ਮਿੱਟੀ ਪੈ ਗਈ ਹੈ ਤਾਂ ਮੀਨਜ਼ ਉਹ ਇੱਕ ਟੁਕੜਾ ਖਤਮ ਹੋ ਚੁੱਕਿਆ ਹੈ ਮਰ ਚੁੱਕਿਆ ਹੈ ਤਾਂ ਫਿਰ ਉਸ ਨੂੰ ਸ਼ਰਧਾਂਜਲੀ ਦੇਣਾ ਹੀ ਜ਼ਿਆਦਾ ਮناسب ਹੈ ਤਾਂ ਕਿ ਆਮ ਦੀ ਲੋਕਾਂ ਨੂੰ ਜਿਹੜੀ ਜਨਤਾ ਨੂੰ ਪਤਾ ਲੱਗ ਸਕੇ ਵੀ ਇਹ ਮੈਨੀਫੈਸਟੋ ਤੋਂ ਹੁਣ ਉਮੀਦ ਰੱਖਣੀ ਬੇਵਕੂਫੀ ਹੋਗੀ ਕਿਉਂਕਿ 2019 ਆ ਗਿਆ ਐਮਪੀ ਚੋਣਾਂ ਆਗੀਆਂ ਨੇ ਨਵਾਂ ਮੈਨੀਫੈਸਟੋ ਤਿਆਰ ਹੋ ਰਿਹਾ ਹੈ ਤਾਂ ਫਿਰ 2017 ਜਿਹੜਾ ਮੈਨੀਫੈਸਟੋ ਖਤਮ ਹੋ ਗਿਆ ਹੈ ਉਸ ਤੋਂ ਲੈ ਤੈ ਤੀ ਅੱਜ ਅਸੀਂ ਇੱਕ ਬਲੰਦ ਕੀਤੀ ਸੀ ਆਵਾਜ਼ ਵੀ ਅਸੀਂ ਇੱਕ ਸ਼ਰਧਾਂਜਲੀ ਸਮਾਗਮ ਕਰਾਂਗੇ ਉਹ ਅੱਜ ਅਸੀਂ ਕੀਤਾ ਚਿੱਟੇ ਕੱਪੜੇ ਪਾ ਕੇ ਚਿੱਟਾ ਟੈਂਟ ਲਾ ਕੇ ਹਾਰ ਚੜਾਇਆ ਮੈਨੀਫੈਸਟੋ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਵੀ ਇਹ ਖਤਮ ਹੋ ਗਿਆ ਤੇ ਉਮੀਦ ਹੈ ਵੀ ਹੁਣ ਜਿਹੜੇ ਸਰਕਾਰ ਨੂੰ ਨਵਾਂ ਲਾਲ ਲollipops ਲੈ ਕੇ ਨਵਾਂ ਮੈਨੀਫੈਸਟੋ ਲੈ ਕੇ ਆਵੇਗੀ ਸਰਕਾਰ ਦੇ ਨੁਮਾਇੰਦਿਆਂ ਦੀ ਘਰ ਦਾ ਘਰਾਉ ਕਰਨ ਦੀ ਵੀ ਤੁਸੀਂ ਅੱਜ ਪਲਾਨ ਕੀਤਾ ਸੀਗਾ ਕੀ ਬਣਾਓ ਉਸ ਦਾ ਸਰ ਅਸੀਂ ਘਰ ਦਾ ਘਰਾਉ ਨਹੀਂ ਕੀਤਾ ਸੀਗਾ ਅਸੀਂ ਜਿਹੜਾ ਮੈਨੀਫੈਸਟੋ ਦੀ ਅਸੀਂ ਜੋ ਫੋਟੋ ਨੂੰ ਸ਼ਰਧਾਂਜਲੀ ਦਿੱਤੀ ਸੀਗੀ ਅਸੀਂ ਉਹ ਫੋਟੋ ਲੈ ਕੇ ਜਿਹੜੇ ਬਲਬੀਰ ਸਿੱਧੂ ਜੀ ਨੇ ਆਪਣੇ ਮੁਹਾਲਲੇ ਦੇ ਕੈਪਟਨ ਮਿਨਿਸਟਰ ਉਹਨਾਂ ਦੇ ਘਰ ਉਹਨਾਂ ਨੂੰ ਉਹ ਫੋਟੋ ਦੇਣ ਜਾ ਰਹੇ ਸੀਗੇ ਸਾਡਾ ਖਰਾਬ ਦਾ ਕਦੇ ਵੀ ਮੰਤਵ ਨਹੀਂ ਰਿਹਾ ਕਿਉਂਕਿ ਖਰਾਬ ਕਰਦਾ ਹੁੰਦਾ ਜਿਹੜਾ ਕੋਈ ਅਜੀਹੀ ਜਗ੍ਹਾ ਹੋਵੇ ਜਿੱਥੇ ਅਸੀਂ ਕਰੀਏ ਇਹ ਤਾਂ ਉਹ ਲੋਕ ਨੇ ਜਿਹੜੇ ਸਾਨੂੰ ਬੁਲਾਉਂਦੇ ਸੀਗੇ ਬਲਬੀਰ ਸਿੱਧੂ ਦੇ ਘਰ ਤਾਂ ਸਾਨੂੰ ਖੁਦ ਆਵਾਜ਼ ਮਾਰੀ ਜਾਂਦੀ ਸੀ ਕਿ ਵੋਟਾਂ ਤੋਂ ਪਹਿਲਾਂ ਅਸੀਂ ਸਾਨੂੰ ਦੇ ਨੇ ਯਾਦ ਨੇ ਜਦੋਂ ਮੈਨਿਫੈਸਟੋ ਬਣ ਰਿਹਾ ਸੀਗਾ ਤਾਂ ਮਨਪਰਵਿਤ ਬਾਦਲ ਜੀ ਸਾਨੂੰ ਬਾਹਰ ਲਾਉਂਦੇ ਹੁੰਦੇ ਸੀਗੇ ਵੀ ਜੀ ਮੁਲਾਜ਼ਮ ਆਣ ਸਾਡੇ ਨਾਲ ਗੱਲ ਕਰਨ ਤੇ ਸਾਨੂੰ ਵਾ ਦੱਸਣਾਂ ਦੀਆਂ ਇੱਕ ਪ੍ਰਸ਼ਾਂਤ ਪੂਸ਼ਨ ਜੀ ਦੀ ਟੀਮ ਬਣੀ ਸੀਗੀ ਪੀਆਰ ਟੀਮ ਬਣੀ ਸੀ ਜਿਨੇ ਕੀ ਕੈਪਟਨ ਸਾਹਿਬ ਦਾ ਚੋਣ ਪ੍ਰਚਾਰ ਕੀਤਾ ਸੀਗਾ ਉਹ ਕੋਫੀ ਵਿਦ ਕੈਪਟਨ ਹੋਵੇ ਤਾਂ ਹਲਕੇ ਵਿੱਚ ਕੈਪਟਨ ਹੋਵੇ ਤਾਂ ਜਗਾ ਜਗਾ ਤੇ ਸਾਨੂੰ ਮੁਲਾਜ਼ਮਾਂ ਨੂੰ ਬੁਲਾਇਆ ਜਾਂਦਾ ਸੀ ਖਾਸ ਕਰਕੇ ਕੱਚੇ ਮੁਲਾਜ਼ਮਾਂ ਨੂੰ ਬੁਲਾਇਆ ਜਾਂਦਾ ਸੀਗਾ ਆਦੀ ਗੱਲ ਰੱਖਣ ਲਈ ਦੱਸਣ ਲਈ ਅੱਜ ਉਹ ਨਾ ਤਾਂ ਪ੍ਰਸ਼ਾਂਤ ਪੂਸ਼ਨ ਦੀ ਟੀਮ ਨਜ਼ਰ ਆ ਰਹੀ ਹੈ ਨਾ ਮਨਪ੍ਰੀਤ ਬਾਦਲ ਨਜ਼ਰ ਆ ਰਿਹਾ ਹੈ ਤੇ ਜਿਹੜੇ ਇਹ ਮਨਿਸਟਰ ਨੇ ਉਹਨਾਂ ਦੇ ਕਰ ਜਾਣਾ ਸਾਡਾ ਸਵਦਾਣਿਕ ਹੱਕ ਹੈ ਸਾਨੂੰ ਆਦੀ ਗੱਲ ਰੱਖਣਾ ਪੂਰਾ ਹੱਕ ਹੈ ਇਸੇ ਕਰਕੇ ਹੀ ਅਸੀਂ ਅੱਜ ਉੱਥੇ ਗਏ ਸੀਗੇ ਪਰ ਸਾਨੂੰ ਪ੍ਰਸ਼ਾਸਨ ਨੇ ਰਸਤੇ ਵਿੱਚ ਰੋਕਿਆ ਸੀ ਪਰ ਪੀਸਫੁਲੀ ਤਰੀਕੇ ਨਾਲ ਉੱਥੇ ਬੈਠੇ ਆਂ ਸੜਕ ਤੇ ਤੇ ਆਦੇ ਜਿਹੜੇ ਪਰਦੇ ਮੀਂਹ ਵਿੱਚ ਸਭ ਤੋਂ ਵੱਡੀ ਖਾਸ ਗੱਲ ਹੈ ਪੰਜਾਬ ਵਾਸਤੇ ਸ਼ਰਮਨਾਕ ਦਿਨ ਹੈ ਅੱਜ ਸਾਡੀਆਂ ਪੈਣਾ ਇਥੋਂ ਤੱਕ ਕਿ ਕੁਵਾਰੀਆਂ ਕੁੜੀਆਂ ਚਟੀਆਂ ਚੁੰਨੀਆਂ ਲੈ ਕੇ ਪਿਛਦੇ ਮੀਂਹ ਚ ਸੜਕ ਤੇ ਬੈਠੀਆਂ ਸੀ ਪਰ ਕਿਸੇ ਵੀ ਦਾ ਦਿਲ ਨਹੀਂ ਪਸੀਚਿਆ ਵੀ ਉਹਨਾਂ ਨਾਲ ਗੱਲਬਾਤ ਦਾ ਮੂੰਹ ਹਥਿਆਰ ਕੀਤਾ ਜਾਵੇ ਕੀ ਨਾਮ ਜੀ ਤੁਹਾਡਾ ਗਗਨਦੀਪ ਫਰਮਾਨੀ ਜਗਨ ਕਿੱਦਾਂ ਦੇਖਦੇ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪ੍ਰਦਰਸ਼ਨ ਕਰਦਿਆਂ ਨੂੰ ਧਰਨੇदार ਰੁਖ ਅਪਣਾਇਆ ਹੋਇਆ ਤੁਸੀਂ ਮੁਲਾਜ਼ਮਾ ਨੇ ਕੱਚੇ ਹੱਲੇ ਤੱਕ ਵੀ ਹੋ ਸਰਕਾਰ ਦਾ ਰਵਈਆ ਕਿਹੋ ਜਿਹਾ ਲੱਗ ਰਿਹਾ ਕਿਉਂ ਨਹੀਂ ਤੁਹਾਡੀਆਂ ਆਵਾਜ਼ ਸੁਣ ਰਹੀ ਸਰ ਸਰਕਾਰ ਅਸੀਂ ਲਗਾਤਾਰ ਹੋ ਗਿਆ ਜਦੋਂ ਦੀ ਸਰਕਾਰ ਬਣੀ ਉਸ ਤੋਂ ਪਹਿਲਾਂ ਦੀ ਅਸੀਂ ਭੁੱਖ ਹੜਤਾਲ ਸ਼ੁਰੂ ਕੀਤੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਸਰਕਾਰ ਬਣੀ ਉਸ ਤੋਂ ਇੱਕ ਦਿਨ ਪਹਿਲਾਂ ਆਪਣੇ OSD ਉੱਥੇ ਆ ਕੇ ਸਾਡੀ ਭੁੱਖ ਹੜਤਾਲ ਖੁਲਾ ਕੇ ਗਏ ਸੀ ਤਾਂ ਆਸ਼ਵਾਸਨ ਦਿੱਤਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਤੁਹਾਨੂੰ ਜਿਹੜਾ ਰੈਗੂਲਰ ਦਾ ਜਿਹੜਾ ਆਪਾਂ ਕਰ ਦਵਾਂਗੇ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਦੇਾਂਗੇ ਪਰ ਅੱਜ 16 ਮਹੀਨੇ ਬੀਤ ਗਏ ਆ ਜੀ ਇੱਕ ਵੀ ਵਾਦਾ ਜਿਹੜਾ ਪੂਰਾ ਨਹੀਂ ਕੀਤਾ ਗਿਆ ਤੇ ਅਸੀਂ ਲਗਾਤਾਰ ਸੰਘਰਸ਼ ਜਿਹੜੇ ਸਾਡੇ ਟਾਈਮ ਟੂ ਟਾਈਮ ਹਰ ਮਹੀਨੇ ਲਗਾਤਾਰ ਚੱਲ ਰਹੀ ਹੈ ਪਰ ਸਰਕਾਰ ਹੈ ਜਿਹੜੀ ਉਹ ਨਵੇਂ ਮੈਨੀਫੈਸਟੋ ਦੀ ਤਿਆਰੀ ਕਰ ਰਹੀ ਹੈ ਤੇ ਇਸ ਲਈ ਅਸੀਂ ਜਿਹੜੀ ਹੈ ਆਪਣੀ ਤਿਆਰੀ ਸ਼ੁਰੂ ਕਰਤੀ ਹੈ ਅਗਰ ਸਰਕਾਰ ਸਾਡੇ ਵਾਦੇ ਨਹੀਂ ਪੂਰੇ ਕਰਦੀ ਜਿਹੜੇ ਕੀਤੇ ਸਾਡੇ ਨਾਲ ਤੇ ਅਸੀਂ ਉਹਨਾਂ ਸੰਘਰਸ਼ ਜਿਹੜਾ ਆਪਣਾ ਜਾਰੀ ਰੱਖਾਂਗੇ ਤੇ ਉਹਨਾਂ ਦੇ ਖਿਲਾਫ ਜਿਹੜਾ ਲਗਾਤਾਰ ਸੰਘਰਸ਼ ਕਰਦੇ ਰਾਵਾਂਗੇ ਠੇਕਾ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਨੇ ਸਰਕਾਰ ਦੀ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤੁਸੀਂ ਆਪ ਹੀ ਸਾਡੇ ਤੋਂ ਮੰਗਾਂ ਸਾਡੀਆਂ ਪੁੱਛੀਆਂ ਸੀ ਚੋਣ ਮੈਨੀਫੈਸਟੋ ਬਣਾਏ ਸੀਗੇ ਤੇ ਉਹਨਾਂ ਮੈਨੀਫੈਸਟੋਆਂ ਦੇ ਵਿੱਚ ਜਿਹੜੇ ਤੁਸੀਂ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਰਹੇ ਤੇ ਹੁਣ ਉਸ ਚੋਣ ਮੈਨੀਫੈਸਟੋ ਦਾ ਇਹਨਾਂ ਦੇ ਵੱਲੋਂ ਇੱਕ ਹਿਸ ਉਮ ਮਰਿਤਕਲਾਾਂ ਦਿੱਤਾ ਗਿਆ ਕਿ ਉਹ ਚੋਣ ਮੈਨੀਫੈਸਟੋ ਜਿਹੜਾ ਆ ਜਿਹਦੇ ਵਿੱਚ ਠੇਕਾ ਮੁਲਾਜ਼ਮਾਂ ਦੇ ਨਾਲ ਵਾਅਦੇ ਕੀਤੇ ਗਏ ਸੀਗੇ ਉਹ ਮਰ ਚੁੱਕਾ ਹੈ ਕਿਉਂਕਿ ਹੁਣ 2019 ਦੀਆਂ ਇਲੈਕਸ਼ਨਾਂ ਆ ਕੇ ਆਉਣੀਆਂ ਨਵਾਂ ਚੋਣ ਮੈਨੀਫੈਸਟੋ ਬਣਾ ਉਹ ਚ ਨਵੇਂ ਵਾਅਦੇ ਹੋਣੇ ਆ ਪੁਰਾਣੇ ਵਾਅਦੇ ਹਲੇ ਤੱਕ ਪੂਰੇ ਨਹੀਂ ਹੋਏ ਠੇਕਾ ਮੁਲਾਜ਼ਮ ਸਾਡੇ ਨਾਲ ਮਜੂਰ ਨੇ ਲਗਾਤਾਰ ਇਹਨਾਂ ਦੀ ਸੰਘਰਸ਼ ਜਾਰੀ ਹੈ ਰਜਿੰਦਰ ਕਿੱਦਾਂ ਦੇਖਦੇ ਹੋ ਲੰਮਾ ਸਮਾਂ ਹੋ ਗਿਆ ਬਹੁਤ ਸਾਰੇ ਸੰਘਰਸ਼ ਕੀਤੇ ਗਏ ਹਾਲੇ ਤੱਕ ਸਰਕਾਰ ਦਾ ਰਵਈਆ ਫਿਰ ਉਹੀ ਤਾਂ ਉਹੀ ਹੈ ਮਜ਼ਦਮਾ ਦੀ ਕੋਈ ਆਵਾਜ਼ ਨਹੀਂ ਸੁਣੀ ਜਾ ਰਹੀ ਬਿਲਕੁਲ ਸਰ ਇਹ ਤਾਂ ਗੱਲ ਇਹਦੇ ਕੋਈ ਦੁਹਰਾਏ ਨਹੀਂ ਹੈਗਾ ਕਿ ਬੀਤੇ ਲੰਬੇ ਸਮੇਂ ਤੋਂ ਜਦੋਂ ਦੀ ਸਰਕਾਰ ਬਣੀ ਹੈ ਅਸੀਂ ਉਸ ਦਿਨ ਤੋਂ ਹੀ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਪਹਿਲਾਂ ਸਰਕਾਰ ਨੂੰ ਸਮਾਂ ਵੀ ਦਿੱਤਾ ਸੀਗਾ ਪਰ ਸਰਕਾਰ ਪਹਿਲਾਂ ਚੋਣਾਂ ਦੌਰਾਨ ਤਾਂ ਸਾਡੇ ਨਾਲ ਬਹੁਤ ਵਾਅਦੇ ਕੀਤੇ ਸੀ ਸਾਡੇ ਨਾਲ ਮੀਟਿੰਗਾਂ ਕੀਤੀਆਂ ਸੀਗੀਆਂ ਕਿ ਅਸੀਂ ਸਰਕਾਰ ਬਣਨ ਤੋਂ ਪਹਿਲੇ ਕੈਬਨਿਟ ਮੀਟਿੰਗ ਵਿੱਚ ਜਾਂ ਆਉਣ ਵਾਲੇ ਸੈਸ਼ਨ ਵਿੱਚ ਤੁਹਾਡੀਆਂ ਮੰਗਾਂ ਦਾ ਹੱਲ ਕਰਾਂਗੇ ਪਰ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਸਮਾਂ ਵੀ ਦਿੱਤਾ ਪਰ ਸਮਾਂ ਦੇਣ ਦੇ ਬਾਵਜੂਦ ਵੀ ਜਦ ਸਰਕਾਰ ਨੇ ਸਾਡੇ ਨਾਲ ਗੱਲ ਕਰਨੀ ਠੀਕ ਨਹੀਂ ਸਮਝੀ ਤਾਂ ਸਾਡੇ ਵੱਲੋਂ ਪ੍ਰੋਟੈਸਟ ਸ਼ੁਰੂ ਕੀਤੇ ਗਏ ਸਾਡੇ ਵੱਲੋਂ ਇਹ ਡੇਟ ਸਾਲ ਦੇ ਦੌਰਾਨ ਅਣਗਿਣਤ ਪ੍ਰੋਟੈਸਟ ਕੀਤੇ ਜਾ ਚੁੱਕੇ ਆ ਜਿਦੇ ਵਿੱਚ ਬਹੁਤ ਅਨੋਖੇ ਪ੍ਰਦਰਸ਼ਨ ਵੀ ਆ ਵੱਡੀਆਂ-ਵੱਡੀਆਂ ਮੁਹਾਲਿਆਂ 'ਚ ਰੈਲੀਆਂ ਕੀਤੀਆਂ ਗਈਆਂ ਉਹਨਾਂ ਰੈਲੀਆਂ 'ਚ ਮੁੱਖ ਮੰਤਰੀ ਦੇ OSD ਤੱਕ ਔਰ ਮੁੱਖ ਮੰਤਰੀ ਨਿਵਾਸ ਵਿਖੇ ਬੁਲਾ ਕੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਤੱਕ ਨੇ ਵੀ ਸਾਨੂੰ ਭਰੋਸੇ ਦਿੱਤੇ ਕਿ ਹਾਂ ਜੀ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਮੰਗਾਂ ਲਈ ਸਹਿਯੋਤ ਨੇ ਜਲਦੀ ਗੱਲਬਾਤ ਕਰਨਗੇ ਪਰ 16 ਮਹੀਨਿਆਂ ਦੌਰਾਨ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ ਆ ਇਸ ਦੇ ਨਾਲ ਜੇ ਪਿਛਲੇ ਐਕਸ਼ਨਾਂ ਤੇ ਝਾਤ ਮਾਰੀ ਜਾਏ ਤਾਂ ਸਾਡੇ ਵੱਲੋਂ ਨਵੇਂ ਸਾਲ ਤੋਂ ਲੈ ਕੇ ਨਵੇਂ ਸਾਲ 2018 ਵਾਲੇ ਦਿਨ ਹੀ ਪੂਰੇ ਪੰਜਾਬ ਵਿੱਚ ਅਸੀਂ ਇੱਕ ਪ੍ਰੋਟੈਸਟ ਕੀਤਾ ਸੀਗਾ ਇਹਨਾਂ ਦੇ ਵਾਅਦਿਆਂ ਦੇ ਬਣੇ ਹੋਏ ਫੋਟੋ ਫਰੇਮ ਅਸੀਂ ਕਾਂਗਰਸੀ ਪ੍ਰਧਾਨਾ ਨੂੰ ਦਿੱਤੇ ਸੀ ਉਸ ਤੋਂ ਬਾਅਦ ਵਿਧਾਇਕਾਂ ਦੇ ਘਰ ਲੋੜੀ ਮੰਗਣ ਗਏ ਸੀਗੇ ਇਨ ਬਿਟਵੀਨ ਇਹ ਇਥੇ ਭੁਖੜਤਾਲ ਦੇ ਦੌਰਾਨ ਸਾਡੇ ਵੱਲੋਂ ਲਾਲੀਪਾਪ ਦਿਵਸ ਵੀ ਮਨਾਇਆ ਗਿਆ ਔਰ ਉਸ ਤੋਂ ਬਾਅਦ ਇੱਕ ਕੁੰਭਕਰਨ ਬਣਾ ਕੇ ਮੋਹਾਲੀ ਦੇ 6 ਫੇਸ ਵਿਖੇ ਪ੍ਰੋਟੈਸਟ ਕੀਤਾ ਗਿਆ ਸੀ ਕਿ ਸਰਕਾਰ ਕੁੰਭਕਰਨੀ نیند ਸੋ ਚੁੱਕੀ ਹੈ ਔਰ ਸਰਕਾਰ ਨੂੰ ਜਗਾਇਆ ਜਾਵੇ ਪਰ ਉਸ ਦੇ ਬਾਵਜੂਦ ਵੀ ਸਰਕਾਰ ਨੇ ਸਰਕਾਰ ਦੇ ਕਿਸੇ ਨੁਮਾਇੰਦੇ ਕਿਸੇ ਮੰਤਰੀ ਨੇ ਸਾਡੇ ਨਾਲ ਗੱਲਬਾਤ ਕਰਨੀ ਠੀਕ ਨਹੀਂ ਸਮਝੀ ਆ 22 ਮਈ ਨੂੰ ਕੈਬਨਟ ਸਬ-ਕਮੇਟੀ ਇੱਕ ਬਣਾਈ ਗਈ ਜਦ ਚੋਣਾ ਆਈਆਂ ਸ਼ਾਹਕੋਟ ਦੀਆਂ ਤਾਂ ਉਹ ਕੈਬਨਟ ਕਮੇਟੀ ਨੇ ਸਾਡੇ ਨਾਲ ਗੱਲਬਾਤ ਕੀਤੀ ਰੋਸੇ ਦਿੱਤੇ ਬਹੁਤ ਗੱਲਾਂ ਹੋਈਆਂ ਪਰ ਉਹ ਕੈਬਨਿਟ ਕਮੇਟੀ ਸ਼ਾਹਕੋਟ ਚੋਣਾਂ ਤੋਂ ਤੁਰੰਤ ਬਾਅਦ ਹੀ ਰੱਦ ਕਰਤੀ ਗਈ ਕੈਬਨਿਟ ਕਮੇਟੀ ਨੇ ਲਿਖਤੀ ਪ੍ਰोसीडिंग ਜਾਰੀ ਕੀਤੀਆਂ ਪਰ ਉਸ ਦੇ ਬਾਵਜੂਦ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਆ ਇਸ ਤੋਂ ਬਾਅਦ ਸਾਡੇ ਵੱਲੋਂ ਫਿਰ ਮੰਤਰੀਆਂ ਦੇ ਘਰਵਾਲ ਮਿਸ਼ਾਲ ਮਾਰਚ ਕੀਤੇ ਗਏ ਆ ਤਿੰਨ ਮੰਤਰੀਆਂ ਦੇ ਘਰ ਅਸੀਂ ਮਿਸ਼ਾਲ ਮਾਰਚ ਕਰ ਚੁੱਕੇ ਆ ਬ੍ਰਹਮਿੰਦਰਾ ਜੀ ਪਟਿਆਲਾ ਵਿਖੇ ਲੁਧਿਆਣੇ, ਭਰਤਪੂਸ਼ਨ ਆਸ਼ੂ ਤੇ ਬਠਿੰਡਾ ਵਿਖੇ ਮਨਪ੍ਰੀਤ ਬਾਦਲ ਜੀ ਦੇ ਪਰ ਤਿੰਨਾ ਵੱਲੋਂ ਹਾਲੇ ਤੱਕ ਸਾਡੇ ਨਾਲ ਗੱਲਬਾਤ ਦਾ ਰਸਤਾ ਨਹੀਂ ਬਣਾਇਆ ਗਿਆ ਜਿਸ ਤੇ ਰੋਸ ਵਜੋਂ ਅੱਜ ਅਸੀਂ ਐਂਡ ਅੰਤ ਇਹ ਪਹੁੰਚ ਗਏ ਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਚੂਨ ਮਨੋਰਥ ਪੱਤਰ ਬਣਾਇਆ ਸੀ ਵੀ ਉਹਦੇ ਤੇ ਸਾਡੇ ਨਾਲ ਗੱਲਬਾਤ ਹੀ ਨਹੀਂ ਕਰ ਰਿਆ ਤਾਂ ਫਿਰ ਉਹ ਮਰ ਚੁੱਕਿਆ ਤੇ ਉਹ ਅਸੀਂ ਅੱਜ ਸ਼ੋਕਸਭਾ ਕਰਕੇ ਚਿੱਟੇ ਕਪੜੇ ਪਾ ਕੇ ਉਹਨੂੰ ਸ਼ਰਧਾਂਜਲੀ ਦਿੱਤੀ ਆ ਵਰਦੇ ਮੀਂਹ ਵਿੱਚ ਮੇਰੀਆਂ ਭੈਣਾ ਵੀਰ ਪੂਰੀ ਤਰ੍ਹਾਂ ਡਟੇ ਰਹੇ ਆ ਤੇ ਵਰਦੇ ਮੀਂਹ ਚ ਅਸੀਂ ਸ਼ਰਧਾਂਜਲੀ ਦਿੱਤੀ ਇੰਦਰ ਕਿੱਦਾਂ ਦੇਖਦੇ ਹਾਂ ਹਰ ਵਾਰ ਜਦੋਂ ਚੋਣਾ ਜਾਂ ਕੁਝ ਹੋਣਾ ਹੁੰਦਾ ਉਦੋਂ ਸਰਕਾਰ ਤੁਹਾਡੀ ਆਵਾਜ਼ ਸੁਣਨ ਲਈ ਕਮੇਟੀਆਂ ਬਣਾ ਦਿੰਦੀ ਹੈ ਜਦੋਂ ਚੋਣਾ ਲੰਘ ਜਾਂਦੀਆਂ ਉਦੋਂ ਫਿਰ ਉਹੀ ਰਵਈਆ ਅਪਣਾ ਲੈਂਦੀ ਹੈ ਕਿੱਦਾਂ ਦੇਖਦੇ ਮੁਲਾਜ਼ਮ ਕਾ ਤੋਂ ਮੰਨ ਜਾਂਦੇ ਹਰੇਕ ਵਾਰੀ ਮੁਲਾਜ਼ਮਾਂ ਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਹਰੇਕ ਵਾਰੀ ਜਿੱਦਾਂ ਭਰੋਸਾ ਹੀ ਦੇ ਰਹੀ ਹੈ ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਹੁੰਦੀ ਬਿਲਕੁਲ ਸਰ ਜਦੋਂ ਵੋਟਾਂ ਆਉਂਦੀਆਂ ਉਦੋਂ ਇਹ ਸਰਕਾਰਾਂ ਬਿਲਕੁਲ ਇਹਦੇ 'ਚ ਕੋਈ ਦੁੱਖ ਦੁਹਰਾਏ ਨਹੀਂ ਹੈਗਾ ਕਿ ਉਸ ਟਾਈਮ ਇਹ ਕਮੇਟੀਆਂ ਬਣਾ ਕੇ ਸਾਡੇ ਨਾਲ ਗੱਲਬਾਤ ਦਾ ਦੌਰ ਸ਼ੁਰੂ ਕਰਦੇ ਆ ਪਰ ਅਸੀਂ ਵੀ ਨਹੀਂ ਚਾਹੁੰਦੇ ਕਿ ਹਾਂਜੀ ਅਸੀਂ ਬਹੁਤ ਜ਼ਿਆਦਾ ਇਦਾਂ ਦਾ ਪ੍ਰੋਟੈਸਟ ਕਰਕੇ ਰੋਡ ਜਾਮ ਕਰਕੇ ਆਮ ਆਮ ਜਨਤਾ ਨੂੰ ਖਰਾਬ ਕਰੀਏ ਇਸ ਲਈ ਹੈ ਕਿ ਅਸੀਂ ਮੰਤਰੀਆਂ ਦੇ ਘਰ ਵੱਲ ਹੀ ਪੋਰ ਟੈਸਟ ਕਰਨ ਦਾ ਸੋਚਿਆ ਸੀ ਹੁਣ ਵੀ ਹੈ ਕਿ ਇਲੈਕਸ਼ਨ ਐਮਪੀ ਇਲੈਕਸ਼ਨ ਐਮਪੀ ਚ ਹੋਣਾ ਆ ਰਹੀਆਂ ਉਸ ਤੋਂ ਪਹਿਲਾਂ ਹੀ ਅਸੀਂ ਹੈ ਕਿ ਅਸੀਂ ਇਦਾਂ ਦੀ ਰਣਨੀਤੀ ਅੱਗੇ ਵੀ ਬਣਾਤੀ ਆ ਅ ਇਸ ਤੋਂ ਬਾਅਦ 13 ਤੇ 14 ਤਰੀਕ ਨੂੰ ਅਗਸਤ ਨੂੰ ਸੂਬੇ ਦੇ ਪੂਰੇ ਪੰਜਾਬ ਵਿੱਚ ਪੁਖੜਤਾਲਾਂ ਹੋਣਗੀਆਂ ਜੇਕਰ ਨਹੀਂ ਕੋਈ ਵੀ ਮੰਤਰੀ ਗੱਲ ਸੁਣੂਗਾ 20 ਜ਼ਿਲ੍ਹਿਆਂ ਵਿੱਚ ਸਰਕਾਰ ਦੇ ਮੰਤਰੀਆਂ ਵੱਲੋਂ ਝੰਡਾ ਚੁਰਾਇਆ ਜਾਣਾ ਦੀ ਕਲਾਸ ਫੋਰ ਗਵਰਨਮੈਂਟ EMPLOYE UNION ਤੇ ਠੇਕਾ ਮਜ਼ਦਮ ਐਕਸ਼ਨ ਕਮੇਟੀ ਵੱਲੋਂ 13 ਤੇ 14 ਤਰੀਕ ਨੂੰ ਪੁਖੜਤਾਲਾਂ ਹੋਣਗੀਆਂ ਜੇ ਕੋਈ ਨਹੀਂ ਗੱਲ ਸੁਣੂਗਾ ਤਾਂ 15 ਤਰੀਕ ਨੂੰ ਹੋ ਸਕਦਾ ਹੈ ਕਿ ਅਸੀਂ ਝੰਡਾ ਚੁਲਾਉਣ ਤੋਂ ਵੀ ਇਹਨਾਂ ਨੂੰ ਰੋਕੀਏ ਕਿਉਂਕਿ ਸਾਡੀ ਕਾਦੀ ਆਜ਼ਾਦੀ ਹੈ ਬਿਲਕੁਲ ਆਜ਼ਾਦੀ ਨਹੀਂ ਹੈ ਤੇ ਆਜ਼ਾਦੀ ਦੇ ਦਿਨ ਤੇ ਇਹ ਜੇ ਝੰਡਾ ਚੁਲਾਉਣ ਆਣਗੇ ਤਾਂ ਅਸੀਂ ਉਸ ਚੀਜ਼ ਦਾ ਵਿਰੋਧ ਵੀ ਕਰਾਂਗੇ ਉਸ ਤੋਂ ਬਾਅਦ ਸਾਡੇ ਵੱਲੋਂ ਇੱਕ 25 ਤਰੀਕ ਨੂੰ ਰਾਣਾ ਕੇਪੀ ਵਿਧਾਨ ਸਭਾ ਦੇ ਸਪੀਕਰ ਦੇ ਘਰ ਪਰ ਟੈਸਟ ਕੀਤਾ ਜਾ ਰਿਹਾ ਕਿਉਂਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ ਵਿੱਚ ਐਕਟ ਬਣਿਆ ਸੀਗਾ ਉਹ ਐਕਟ ਨੂੰ ਲਾਗੂ ਕਰਨ ਤੋਂ ਸਰਕਾਰ ਭੱਜ ਰਹੀ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਜੇ ਉਹ ਨਹੀਂ ਕਰ ਰਹੇ ਆ ਲਾਗੂ ਤਾਂ ਅਸੀਂ ਰਾਣਾ ਕੇਪੀ ਦੇ ਘਰ ਜਾ ਕੇ ਪ੍ਰੋਟੈਸਟ ਕਰੀਏ ਕਿਉਂਕਿ ਐਕਟ ਨੂੰ ਲਾਗੂ ਨਾ ਕਰਨਾ ਵਿਧਾਨ ਸਭਾ ਦੀ ਤੋਹੀਨ ਹੈ ਜਿਸ ਦੇ ਰੋਜ਼ ਵਜੋ ਉਸ ਜਗ੍ਹਾ ਤੇ ਅਸੀਂ ਜਾ ਕੇ ਇੱਥੋਂ ਤੱਕ ਕਿ ਹੁਣ ਤਾਂ ਸਾਡੇ ਕੋਲੋਂ ਇਹਨਾਂ ਨੇ ਸਭ ਕੁਝ ਖੋਲਿਆ ਵਿਕਾਸ ਟੈਕਸ ਦੇ ਨਾਮ ਤੇ 2400 ਰੁਪਏ ਸਾਲ ਦਾ ਸਾਡੇ ਤੇ ਥੋਪਤਾ ਹੁਣ ਸਾਡੇ ਕਪੜੇ ਲਾਨ ਤੱਕ ਆ ਗਏ ਆ ਇਸ ਕਰਕੇ ਅਸੀਂ ਜਿਹੜਾ 25 ਅਗਸਤ ਨੂੰ ਪ੍ਰੋਟੈਸਟ ਕਰਾਂਗੇ ਉਹਦੇ ਵਿੱਚ ਅਸੀਂ ਰਾਣਾ ਕੇਪੀਜੀ ਦੇ ਘਰ ਜਾ ਕੇ ਉੱਥੇ ਆ ਕਿ ਆਪਣੇ ਕਪੜੇ ਉਤਾਰ ਕੇ ਦੇ ਕੇ ਆਵਾਂਗੇ ਉਹਨਾਂ ਨੂੰ ਅਸੀਂ ਠੇਕਾ ਮਜ਼ਦਮਾਂ ਦੀ ਗੱਲ ਕਰ ਰਹੇ ਆ ਅੱਜ ਕਿਉਂਕਿ ਠੇਕਾ ਮਜ਼ਦਮ ਇੱਕ ਵਾਰ ਫਿਰ ਸੰਘਰਸ਼ ਦੇ ਰਾਹ ਉਲੀਕ ਰਹੇ ਨੇ ਮੰਗ ਇੱਕੋ ਹੀ ਆ ਕਿ ਬਿਨਾਂ ਸ਼ਰਤ ਤੋਂ ਪੱਕਾ ਕੀਤਾ ਜਾਵੇ ਕਿੰਨੀਆਂ ਦਿੱਕਤਾਂ ਨੇ ਇਹਨਾਂ ਦੇ ਸਾਹਮਣੇ ਪੁੱਛਦੇ ਹਾਂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਜੀਵ ਸ਼ਰਮਾ ਜੀ ਰਜੀਵ ਜੀ ਕਿਦਾਂ ਦੇਖਦੇ ਹੋ ਸਰਕਾਰ ਦੇ ਰਵੱਈਏ ਨੂੰ ਤੇ ਕਿੰਨੀਆਂ ਦਿੱਕਤਾਂ ਨੇ ਵੀ ਹਲੇ ਤੱਕ ਤੁਹਾਨੂੰ ਪੱਕਾ ਨਹੀਂ ਕੀਤਾ ਗਿਆ ਕਿੰਨਾ ਸਮਾਂ ਹੋ ਗਿਆ ਕੰਮ ਤੋਂ ਸਾਨੂੰ 8 ਤੋਂ 10 ਸਾਲ ਇਸ ਡਿਪਾਰਟਮੈਂਟ 'ਚ ਹੋ ਗਿਆ ਪਰ ਸਰਕਾਰ ਦਾ ਰਵੱਈਆ ਇੰਨਾ ਮਾੜਾ ਹੈ ਇਲੈਕਸ਼ਨਾਂ ਤੋਂ ਪਹਿਲਾਂ ਦਾ ਕੁਝ ਹੁੰਦੇ ਆ ਉਸ ਤੋਂ ਬਾਅਦ ਇਹ ਕੁਝ ਕਰਦੇ ਆ ਸਾਨੂੰ ਕਹਿੰਦੇ ਸੀ ਤੁਹਾਨੂੰ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਕਹਿੰਦੇ ਸੀ ਸਾਨੂੰ ਇੱਕ ਵਾਰ ਸੱਤਾ ਚਾਣ ਦਿਓ ਤੁਹਾਨੂੰ ਰੈਗੂਲਰ ਕਰ ਦੇਵਾਂਗੇ ਪਰ ਸੱਤਾ ਚ ਆਏ ਇਹ ਸਰਕਾਰ ਨੂੰ 16 ਮਹੀਨੇ ਹੋ ਗਏ ਸਾਨੂੰ ਇੱਕ ਮੀਟਿੰਗ ਤੱਕ ਵੀ ਨਹੀਂ ਦਿੱਤੀ ਇੰਨੇ ਧਰਨੇ ਦੇਣ ਤੋਂ ਬਾਅਦ ਵੀ ਮੀਟਿੰਗ ਤੱਕ ਨਹੀਂ ਦਿੱਤੀ ਇਸ ਕਰਕੇ ਏਮਪਲਾਈ ਦੇ ਹੁਣ ਦੂਜਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਜੇ ਅਸੀਂ ਇੱਕ ਨਵਾਂ ਐਕਟ ਬਣਾ ਦੇਣਾ ਜਿਹੜਾ ਐਕਟ ਸਾਡਾ ਡੇਲੀ ਵੇਜਿਸ ਕੰਟਰੈਕਟ ਦਾ ਬਣਾਇਆ ਸੀ ਪਿਛਲੀ ਸਰਕਾਰ ਨੇ ਉਸ ਨੂੰ ਇਹ ਭੰਗ ਕਰਨ ਚ ਲੱਗੇ ਆ ਮਤਲਬ ਵਿਧਾਨ ਸਭਾ ਦਾ ਕੋਈ ਮਤਲਬ ਨਹੀਂ ਨਾ ਵਾਸਤੇ ਰਹਿ ਗਿਆ ਕੋਈ ਵੀ ਆਣ ਜਿੱਥੇ ਮਰਜੀ ਜੋ ਮਰਜੀ ਕਰ ਲੈਣ ਆਪਣੇ ਵਾਸਤੇ ਜਦੋਂ ਮਰਜੀ ਐਕਟ ਰਾਤੋਂ ਰਾਤ ਇਹਨਾਂ ਵਾਸਤੇ ਬਣ ਜਾਂਦੇ ਆ ਪਰ ਸਾਡੇ ਵਾਸਤੇ ਆਮ ਜਨਤਾ ਵਾਸਤੇ ਇਹਨਾਂ ਵਾਸਤੇ ਕੁਝ ਵੀ ਨਹੀਂ ਹੈਗਾ ਬਸ ਇੱਕ ਲੌਲੀਪਪ ਜਦੋਂ ਵੀ ਆਉਂਦਾ ਲੌਲੀਪਪ ਦੇ ਲਗੇ ਅੱਗੇ ਤੁਰ ਜਾਂਦੇ ਆ ਕਿੱਦਾਂ ਦੇਖਦੇ ਹਰੇਕ ਵਿਭਾਗ ਦੇ ਵਿੱਚ ਠੇਕੇ ਤੇ ਮੁਲਾਜ਼ਮ ਭਰਤੀ ਕੀਤੇ ਹੋਏ ਨੇ ਪਿੱਛੇ ਜੇ ਇੱਕ ਮੰਤਰੀ ਸਾਹਿਬ ਦੀ ਚੇਤਾਵਨੀ ਵੀ ਆਈ ਜੇ ਕੋਈ ਮੁੱਖ ਮੰਤਰੀ ਦੇ ਖਿਲਾਫ ਧਰਨਾ ਦੇਊਗਾ ਤੇ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਵਾਂਗਾ ਕਿੱਦਾਂ ਦੇਖਦੇ ਸਰਕਾਰ ਦੇ ਇਸ ਰਵੱਈਏ ਨੂੰ ਸਰਕਾਰੀ ਮੰਤਰੀਆਂ ਦੇ ਰਵੱਈਏ ਨੂੰ ਸਰਕਾਰੀ ਮੰਤਰੀਆਂ ਦੇ ਰੁਪਈਏ ਪਿੱਛੇ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਮਿਨਿਸਟਰੀ ਜਿਹੜੇ ਇਸ ਵੇਲੇ ਬਣੇ ਹੋਇਆ ਉਹਨਾਂ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਵੀ ਬੰਦਾ ਇਸ ਵੇਲੇ ਕੈਪਟਨ ਸਾਹਿਬ ਦੇ ਅਗੇਂਸਟ ਜਾਂ ਸਰਕਾਰ ਦੇ ਅਗੇਂਸਟ ਕੋਈ ਵੀ ਧਰਨਾ ਦੇਵੇਗਾ ਅਸੀਂ ਉਹਨਾਂ ਸਾਰਿਆਂ ਨੂੰ ਬਰਖਾਸਤ ਕਰ ਦੇਵਾਂਗੇ ਇਹ ਬਹੁਤ ਹੀ ਮਾੜੀ ਤੇ ਮੰਦਪਗੀ ਗੱਲ ਹੈ ਸਾਡੇ ਸਾਰਿਆਂ ਵਾਸਤੇ ਪੰਜਾਬ ਦੇ ਜਿੰਨੇ ਵੀ ਵਸਨੀਕ ਆ ਉਹਨਾਂ ਵਾਸਤੇ ਇਸ ਕਰਕੇ ਅਸੀਂ ਇਸ ਤੋਂ ਸਰਕਾਰ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈਗੇ ਆਉਣ ਵਾਲੀਆਂ ਇਲੈਕਸ਼ਨਾਂ ਚ ਅਸੀਂ ਦੇਖਾਂਗੇ ਸਾਰੀ ਜਨਤਾ ਦੇ ਅੱਗੇ ਇਹ ਲੈ ਕੇ ਜਾਵਾਂਗੇ ਕਿ ਇਹ ਸਰਕਾਰ ਸਾਡੇ ਪੱਖ ਦੀ ਨਹੀਂ ਆਪਣੇ ਹੀ ਪੱਖ ਦੀ ਇਹ ਸੋਚੀ ਜਾ ਰਹੀ ਹੈ 2019 ਦੀਆਂ ਚੋਣਾਂ ਨਜ਼ਦੀਕ ਨੇ ਹੁਣ ਇਹ ਲੱਗਦਾ ਕਿ ਠੇਕਾ ਮੁਲਾਜ਼ਮਾਂ ਦੇ ਕੋਲ ਇੱਕ ਮੌਕਾ ਆ ਇਹਦੇ ਦੌਰਾਨ ਕੀ ਕੀਤਾ ਜਾਊਗਾ ਤੁਹਾਡੇ ਵੱਲੋਂ ਸਰਕਾਰ ਦੇ ਖਿਲਾਫ ਅਸੀਂ ਦੇਖੋ ਜੀ ਜਿੰਨਾ ਵੀ ਸਾਡੇ ਯੂਨੀਅਨ ਵੱਲੋਂ ਜਿੰਨਾ ਵੀ ਪ੍ਰੋਟੈਸਟ ਹੋਏਗਾ ਅਸੀਂ ਸਾਰੇ ਆਪਣੀਆਂ ਵਿਦ ਫੈਮਲੀਆਂ ਦੇ ਨਾਲ ਅਸੀਂ ਪੂਰਾ ਪ੍ਰੋਟੈਸਟ ਕਰਾਂਗੇ ਕਿ ਅਸੀਂ ਜਿਹੜਾ ਵੀ ਐਕਟ ਬਣਿਆ ਸੀ ਉਸ ਨੂੰ ਰੂਬਰੂ ਅਸੀਂ ਜੋ ਪਿਛਲੀ ਸਰਕਾਰ ਬਣਾਇਆ ਸੀ ਉਸ ਨੂੰ ਅਸੀਂ ਲਾਗੂ ਕਰਵਾਈਏ ਤੇ ਇਹੀ ਸਾਡੀ ਟੋਟਲ ਮੰਗ ਹੈ ਇਹੀ ਹੈ ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦੀ ਸਮੱਸਿਆ ਉਹ ਕਾਫੀ ਹੋਏਗੀ ਜਿਹੜਾ ਨਸ਼ਿਆਂ ਦਾ ਕੰਮ ਜਿਆਦਾ ਵਧ ਰਿਹਾ ਜੇ ਕਿਸੇ ਨੂੰ ਪਰਮਨੈਂਟ ਪਰਮਨੈਂਟ ਰੁਜ਼ਗਾਰ ਮਿਲੇਗਾ ਤਾਂ ਤਾਂ ਹੀ ਉਹ ਇਹਨਾਂ ਪਿੱਛੇ ਹਟੇਗਾ ਨਹੀਂ ਤੇ ਸਾਰੇ ਹੀ ਲੋਕੀ ਜਿਹੜੇ ਨਸ਼ਿਆਂ ਵੱਲ ਜਾਣਗੇ ਕਿਤਨੇ ਕਿਤੇ ਨਸ਼ਿਆਂ ਦੇ ਵਧਣ ਦਾ ਕਾਰਨ ਵੀ ਇਹੀ ਹੈ ਕਿ ਬੇਰੁਜ਼ਗਾਰੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਮੰਨ ਲਈ ਸੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਨਵਰੋਜ਼ ਨਵਰੋਜ਼ ਕਿਦਾਂ ਦੇਖਦੇ ਹੋ ਸਰਕਾਰ ਦੇ ਰਵੱਈਏ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਤੇ ਲਗਾਤਾਰ ਸਿਰਫ ਭਰੋਸੇ ਦਿੱਤੇ ਜਾ ਰਹੇ ਕਾਰਵਾਈ ਕੋਈ ਨਹੀਂ ਕੀਤੀ ਜਾ ਰਹੀ ਕਿੰਨੀਆਂ ਦਿੱਕਤਾਂ ਸਰ ਬਹੁਤ ਮਰਡਰ ਵਈਆ ਪੰਜਾਬ ਸਰਕਾਰ ਦਾ ਵੋਟਾਂ ਤੋਂ ਪਹਿਲਾਂ ਇਹ ਸਾਡੇ ਧਰਨਿਆ ਚਾਹੁੰਦੇ ਸਨ ਤੇ ਸਾਨੂੰ ਭਰੋਸਾ ਦਿੰਦੇ ਸਨ ਕਿ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਸਾਨੂੰ ਵੋਟ ਪਾਓ ਹੁਣ ਇਹਨਾਂ ਦੀ ਸਰਕਾਰ ਆ ਗਈ ਹੈ 16 ਮਹੀਨੇ ਹੋ ਗਏ ਆ ਸਰਕਾਰ ਬਣੇ ਨੂੰ ਫਿਰ ਵੀ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇੱਕ ਵੀ ਮੀਟਿੰਗ ਨਹੀਂ ਹੋਈ ਸੀਐਮ ਸਾਹਿਬ ਨਾਲ ਬਹੁਤ ਮਰਡਰ ਵਈਆ ਕਿੰਨੀਆਂ ਦਿੱਕਤਾਂ ਨੇ ਤੁਹਾਨੂੰ ਆਪਣੀ ਤੁਹਾਡੀ ਗੱਲ ਕਰ ਲਈ ਕਿਉਂਕਿ 10300 ਤੇ ਗੁਜ਼ਾਰਾ ਕਰਨਾ ਹਰੇਕ ਵਿਅਕਤੀ ਦੀ ਅੱਜ ਮਹਿੰਗਾਈ ਦੇ ਯੁੱਗ ਦੇ ਵਿੱਚ ਬੜਾ ਔਖਾ ਆ ਕਿੱਦਾਂ ਦੇਖਦੇ ਕਿੰਨੀਆਂ ਦਿੱਕਤਾਂ ਨੇ ਪਰਿਵਾਰ ਚਲਾਉਣ ਦੇ ਵਿੱਚ ਸਰ ਮੰਤਰੀ ਸਾਹਿਬ ਨੂੰ ਆਪ ਹੀ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਸੀਐਮ ਸਾਹਿਬ ਨੂੰ 10300 ਦੇ ਵਿੱਚ ਇੱਕ ਪੂਰੇ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਹੋਏਗਾ ਹਰੇਕ ਨੂੰ ਦਵਾਈ ਦੀ ਸਹੂਲਤ ਵੀ ਚਾਹੀਦੀ ਹੈ ਖਾਣਾ ਪੀਣਾ ਵੀ ਹੈ ਉਹਨੇ ਪੂਰੀਆਂ ਮਤਲਬ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਨਾ ਹੈ ਬੱਚਿਆਂ ਨੂੰ ਪੜਾਉਣਾ ਵੀ ਹੈ ਤੇ ਅੱਜ ਕੱਲ ਤੁਹਾਨੂੰ ਪਤਾ ਖਰਚਾ ਵੀ ਬਹੁਤ ਕਿੱਦਾਂ ਮੈਨੇਜ ਹੋਣਗੇ 10300 ਇਹ ਤਾਂ ਗੱਲ ਬਿਲਕੁਲ ਸੋਚ ਲੈਣੀ ਚਾਹੀਦੀ ਕਿਉਂਕਿ ਹੁਣੀ ਇਹਨਾਂ ਨੇ ਤਨਖਾਹਾਂ ਤਾਂ ਵਧਾ ਨਹੀਂ ਦੇ ਪਰ ਜਿਹੜੇ ਬਿਜਲੀ ਦੀਆਂ ਦਰਾਂ ਸੀਗੀਆਂ ਉਹਨਾਂ ਦੇ ਵਿੱਚ ਇਜ਼ਾਫਾ ਜ਼ਰੂਰ ਕਰ ਦਿੱਤਾ ਜਿਹਦਾ ਲੋਕਾਂ ਨੇ ਵਿਰੋਧ ਵੀ ਕੀਤਾ ਮੰਗ ਕੀ ਕਰਦੇ ਆ ਤੁਸੀਂ ਵੀ ਕੀ ਹੋਣਾ ਚਾਹੀਦਾ ਸਰਕਾਰ ਦੇ ਵੱਲੋਂ ਇੱਕ ਤਾਂ ਹੈ ਪੱਕੇ ਕਰਨ ਦੀ ਮੰਗ ਤੁਹਾਡੇ ਸਾਰਿਆਂ ਦੀ ਜਾਇਜ਼ ਆ ਕਿ ਪੱਕੇ ਕੀਤਾ ਜਾਵੇ ਹੋਰ ਮੰਗਾ ਕੀ ਨੇ ਮੁਲਾਜ਼ਮ ਵਰਗ ਦੇ ਲਈ ਹੋਰ ਕੀ ਹੋਣਾ ਚਾਹੀਦਾ ਸਰ ਮੁਲਾਜ਼ਮ ਵਰਗ ਲਈ ਵੈਲਫੇਅਰ ਸਕੀਮਾਂਆਂ ਚਾਹੀਦੀਆਂ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਫੈਸਿਲਿਟੀਆਂ ਦਿੱਤੀਆਂ ਜਾਣੀ ਚਾਹੀਦੀਆਂ ਜਿਵੇਂ ਕਿ ਮੈਡੀਕਲ ਦੀ ਮੈਡੀਕਲ ਦੇ ਖੇਤਰ ਵਿੱਚ ਪੂਰੀ ਫੈਸਿਲਿਟੀਆਂ ਹੋਣੀ ਚਾਹੀਦੀ ਹੈ ਜਿਵੇਂ ਉਹਨਾਂ ਦੇ ਪੇਰੈਂਟਸ ਤੇ ਕੋਈ ਆ ਜਾਵੇ ਤਾਂ ਉਹਨਾਂ ਨੂੰ ਪੂਰਾ ਮਤਲਬ ਫੈਸਿਲਿਟੀਆਂ ਮਿਲਣੀ ਚਾਹੀਦੀਆਂ ਅਸ਼ੀਸ਼ ਕਿੱਦਾ ਦੇਖਦੇ ਹੋ ਤੁਸੀਂ ਬੜਾ ਸਮਾਂ ਹੋ ਗਿਆ ਹੁਣ ਤਾਂ ਸੰਘਰਸ਼ ਕਰਦੇ ਆਨ ਲੱਗਦਾ ਕੋਈ ਸਿੱਟਾ ਨਿਕਲੂਗਾ ਨਹੀਂ ਸਿੱਟਾ ਨਿਕਲੂਗਾ ਜੀ ਦੇਖੋ ਪਤਾ ਕੀ ਗੱਲ ਹੈ ਕੈਪਟਨ ਸਾਹਿਬ ਨਾ ਟਵੀਟ ਬਹੁਤ ਯੂਜ਼ ਕਰਦੇ ਆ ਫੇਸਬੁਕ ਉਹ ਯੂਜ਼ ਕਰਦੇ ਆ ਕਿੰਨੀ ਦਿਨ ਆਦੀ ਗਰਾਈਆਂ ਗੱਲਾਂ ਤਾਂ ਪੱਜਣਗੇ ਇੱਕ ਫੌਜੀ ਬਾਰੇ ਕਿਹਾ ਜਾਂਦਾ ਵੀ ਫੌਜੀ ਜਿਹੜੀ ਗੱਲ ਕਹਿ ਦਿੰਦਾ ਪੂਰੀ ਕਰਦਾ ਮੈਂ ਤੁਹਾਨੂੰ ਇੱਕ ਇਮੇਜ ਸ਼ੋਅ ਕਰਦਾ ਇਹ ਫੇਸਬੁਕ ਤੋਂ ਅਸੀਂ ਰੱਖੀ ਹੋਈ ਹੈ ਮੈਂ ਤੁਹਾਨੂੰ ਰੀਡ ਕਰਦਾ ਪੰਜਾਬ ਵਿੱਚ ਬੇਰੁਜ਼ਗਾਰੀ ਇੱਕ ਸਮੱਸਿਆ ਹੈ ਪਰ ਘੱਟ ਤਨਖਾਹ ਦੇਣਾ ਉਸ ਤੋਂ ਬਰਾਬਰ ਦੀ ਇੱਕ ਸਮੱਸਿਆ ਹੈ ਤਾ ਅੱਜ ਦੇਖੋ ਇੱਕ ਬੰਦਾ ਜਿਹੜਾ ਫੇਸਬੁੱਕ ਤੇ ਇਹ ਗੱਲ ਕਹਿੰਦਾ ਹੈ ਤੇ 16 ਮਹੀਨਿਆਂ ਦੌਰਾਨ ਉਹ ਜਿਹੜੇ ਕੋਈ ਥੋੜੇ-ਬਹੁਤ ਮੁਲਾਜ਼ਮ ਪਰਤੀ ਕਰ ਰਹੇ ਉਹਨਾਂ ਨੂੰ 10000 ਤੇ ਪਰਤੀ ਕਰ ਰਿਹਾ ਹੈ ਅਸੀਂ ਇਸ ਮੰਚ ਰਾਈ ਤੁਹਾਡੇ ਚੈਨਲ ਰਾਈ ਇਹ ਕਹਿੰਦੇ ਆ ਕਿ ਇੱਕ ਮੰਤਰੀ ਸਾਡੇ ਨਾਲ ਰਹਿ ਲਵੇ ਇੱਕ ਦਿਨ ਇੱਕ ਮਹੀਨਾ ਰਹਿ ਲੈਣ 10300 ਰੱਖਾਂਗੇ ਆਪਾਂ ਦੋ ਜਣੇ ਰਵਾਂਗੇ ਜੇ ਗੁਜ਼ਾਰਾ ਹੋ ਗਿਆ ਤਾਂ ਅਸੀਂ ਤਿਆਰ ਹੋ ਜਾਵਾਂਗੇ ਨਹੀਂ ਤਾਂ ਫਿਰ ਉਹ ਆਦੀ ਜਿਹੜੇ ਸਟੈਪ ਪਿੱਛੇ ਹੋ ਜਾਂਦੇ ਪੂਰੀਆਂ ਤਨਖਾਹਾਂ ਦੇਣ ਪੂਰੀਆਂ ਸਹੂਲਤਾਂ ਦੇਣ ਰਜ਼ਿੰਦਰ ਤੁਸੀਂ ਵੀ ਕਿਦਾਂ ਦੇਖੂਗੇ ਹੁਣ ਜੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੱਸਤਾ ਕਿ 25 ਅਗਸਤ ਤੋਂ ਤੁਹਾਡਾ ਧਰਨਾ ਸ਼ੁਰੂ ਹੋਆ ਜੇ ਹੋਰ ਹੁਣ ਵੀ ਸਰਕਾਰ ਨਹੀਂ ਮੰਦੀ ਤਾਂ ਕੀ ਅਗਲੇ ਦਿਨਾਂ ਦੇ ਵਿੱਚ ਹੋਊਗਾ 25 ਅਗਸਤ ਦਾ ਮੈਂ ਕਲੀਅਰ ਕਰ ਚੁੱਕਿਆ ਕਿ ਵਿਧਾਨ ਸਭਾ ਸਪੀਕਰ ਦੇ ਘਰ ਵੱਲ ਬਹੁਤ ਅਨੋਖਾ ਪ੍ਰੋਟੈਸਟ ਹੋਊਗਾ ਉਹ ਸਰਕਾਰ ਨੂੰ ਹਿਲਾਊਗਾ ਉਸ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਆ ਰਿਹਾ ਹੈ ਹੋ ਸਕਦਾ ਹੈ ਅਗਸਤ ਆਖਿਰ ਵਿੱਚ ਜਾਂ ਸਤੰਬਰ ਮਹੀਨੇ ਦੇ ਦੌਰਾਨ ਵਿਧਾਨ ਸਭਾ ਸੈਸ਼ਨ ਆਏਗਾ ਉਹ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਵੱਖੋ ਵੱਖਰੇ ਤਰੀਕੇ ਦੇ ਗੁਪਤ ਐਕਸ਼ਨ ਹੋਣਗੇ ਜੋ ਸਰਕਾਰ ਕਦੇ ਸੋਚ ਵੀ ਨਹੀਂ ਸਕਦੀ ਅਸੀਂ ਇਹ ਵੀ ਕਹਿੰਦੇ ਹਾਂ ਕਿ ਇੰਟੈਲੀਜੈਂਸ ਜਾਂ ਸਰਕਾਰ ਦੇਖ ਲੈ ਇਹ ਗੁਪਤ ਐਕਸ਼ਨ ਹੋ ਕੇ ਰਹਿਣਗੇ ਜੇਕਰ ਸਰਕਾਰ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਹੈ ਤਾਂ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਬਿਲਕੁਲ ਗੁਪਤ ਐਕਸ਼ਨ ਦਾ ਅਸੀਂ ਪ੍ਰੋਗਰਾਮ ਉਲੀਕ ਚੁੱਕੇ ਹਾਂ ਸੋ ਠੇਕਾ ਮੁਲਾਜ਼ਮਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਅਸੀਂ ਹੁਣ ਸੰਘਰਸ਼ ਦਾ ਰਾਹ ਜਿਹੜਾ ਆ ਇਹਨੂੰ ਨਹੀਂ ਛੱਡਾਂਗੇ ਜਿਨ੍ਹਾਂ ਚੋਂ ਉਹਨਾਂ ਦੀ ਇੱਕੋ ਇੱਕ ਮੰਗ ਆ ਕਿ ਬਿਨਾਂ ਸ਼ਰਤ ਤੋਂ ਪੱਕਾ ਕੀਤਾ ਜਾਵੇ ਉਹ ਜਿਨ੍ਹਾਂ ਚੋਂ ਨਹੀਂ ਮੰਨੀ ਜਾਂਦੀ ਸੰਘਰਸ਼ ਜਾਰੀ ਰਹਿਣਗੇ 25 ਅਗਸਤ ਦਾ ਇਹਨਾਂ ਨੇ ਦੱਸ ਦਿੱਤਾ ਉਸ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਪੂਰੀ ਰਣਨੀਤੀ ਬਣਾਈ ਹੋਈ ਹੈ ਕਿ ਜੇ ਸਰਕਾਰ ਫੇਰ ਵੀ ਨਾ ਮੰਨੀ ਕਿਉਂਕਿ ਇਹਨਾਂ ਨੂੰ ਯਕੀਨ ਨਹੀਂ ਹਲੇ ਕਿ ਸਰਕਾਰ ਮੰਨ ਜਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵਿਧਾਨ ਸਭਾ ਦੇ ਸੈਸ਼ਨ ਹੋਣੇ ਆ ਉਹਨਾਂ ਦੇ ਵਿੱਚ ਵੀ ਇਨਾਂ ਦੇ ਵੱਲੋਂ ਆਪਣੇ ਜਿਹੜੇ ਆ ਸੰਘਰਸ਼ ਦੇ ਲਈ ਰਾਹ ਵਕਵਾ ਕੋਲੀ ਲੇ ਲਗੇ ਨੇ ਤੇ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਦੇ ਜਾਂ ਮੰਗਾਂ ਵੱਲ ਧਿਆਨ ਦਿੰਦੀ ਹੈ ਜਾਂ ਫਿਰ ਇਹ ਲਗਾਤਾਰ ਸੰਘਰਸ਼ ਦਾ ਰਾਹੀ ਉਲੀ ਹੀ ਕੇ ਰੱਖਣਗੇ